ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ ਤੇ ਇਸ ਵੇਲੇ ਕਾਦੀਆਂ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕਾਦੀਆਂ ਦੇ ਮੁਹੱਲਾ ਪ੍ਰਤਾਪ ਨਗਰ ਵਿੱਚ ਚੋਰਾਂ ਵੱਲੋਂ ਇੱਕ ਘਰ ਵਿੱਚ ਤਾਲੇ ਤੋੜ ਕੇ ਘਰ ਦੇ ਅੰਦਰ ਦਾਖਲ ਹੋ ਕੇ ਸੋਨਾ ਅਤੇ ਨਕਦੀ ਅਤੇ ਕੀਮਤੀ ਸਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਦੀਪ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਨੇ ਦੱਸਿਆ ਕਿ ਉਹ ਹਰਿਆਣਾ ਵਿੱਚ ਕੰਮਕਾਜ ਕਰਨ ਲਈ ਗਏ ਹੋਏ ਸੀ। ਜਦ ਉਹ ਅੱਜ ਉਹ ਦੁਪਹਿਰੇ ਆਪਣੇ ਘਰ ਵਿੱਚ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਘਰ ਦੇ ਅੰਦਰ ਅਲਮਾਰੀ ਦੇ ਤਾਲੇ ਵੀ ਟੁੱਟੇ ਹੋਏ ਸਨ, ਜਿਸ ਵਿੱਚੋਂ ਕਰੀਬ 2.5 ਤੋਲੇ ਸੋਨਾ ਅਤੇ 5-6 ਹਜ਼ਾਰ ਰੁਪਏ ਦੀ ਨਕਦੀ ਅਤੇ ਘਰ ਅੰਦਰ ਲੱਗੀ LED ਅਤੇ ਚੋਰਾਂ ਵੱਲੋਂ ਕੀਮਤੀ ਸਮਾਨ ਚੋਰੀ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਘਰ ਦੇ ਚੋਰੀ ਹੋਏ ਸਾਰੇ ਸਮਾਨ ਦੀ ਕੀਮਤ ਕਰੀਬ 1.25 ਲੱਖ ਰੁਪਏ ਦੀ ਬਣਦੀ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਮੈਂ ਪ੍ਰਤਾਪ ਨਗਰ ਰਹਿਣ ਵਾਲਾ ਹਾਂ ਅਤੇ ਮੈਂ ਗਿਆ ਹੋਇਆ ਸੀ ਕਾਫੀ ਦਿਨ ਤੋਂ ਬਾਹਰ ਅਤੇ ਮੈਂ ਅੱਜ ਹੀ ਆਇਆ ਤਾਂ ਦੁਪਹਿਰ ਨੂੰ ਮੈਂ ਬਾਹਰ ਤਾਲਾ ਖੁੱਲ੍ਹਾ ਹੀ ਆਪਣਾ ਅੰਦਰ ਤਾਲੇ ਸਾਰੇ ਖੁੱਲ੍ਹੇ ਪਏ ਸੀਗੇ ਅਤੇ ਸਾਰਾ ਖਲਾਰਾ ਪਿਆ ਸੀ ਅਤੇ ਮੈਂ ਅੰਦਰ ਨਹੀਂ ਗਿਆ। ਇਸ ਮੈਂ ਗੁਆਂਢੀ ਨੂੰ ਆਵਾਜ਼ ਮਾਰ ਕੇ ਦਿਖਾਇਆ ਉਹਨਾਂ ਨੂੰ ਅਤੇ ਮੇਰੇ ਅੰਦਰ ਸਾਰੀ ਚੋਰੀ ਹੋ ਚੁੱਕੀ ਸੀਗੀ। ਅਸੀਂ ਸਾਰਿਆਂ ਨੇ ਦੇਖਿਆ ਅੰਦਰ ਅਤੇ 2-2.25 ਤੋਲੇ ਸੋਨਾ ਸੀਗਾ ਜੀ ਵਿੱਚ ਅਤੇ ਨਕਦੀ ਸੀ 4-5 ਹਜ਼ਾਰ ਰੁਪਇਆ ਅਤੇ ਉਹ ਇਹਦੇ ਵਿੱਚ ਨਹੀਂ ਹੈਗੀ ਅਤੇ ਕੱਪੜੇ ਲਾਰੇ ਸਾਰੇ ਤੋੜੇ ਪਏ ਆ, ਲੋਕ ਆਪਣਾ ਅਲਮਾਰੀ ਵਗੈਰਾ ਸਾਰੇ ਲੋਕ ਤੋੜੇ ਪਏ ਆ, ਕੱਪੜੇ ਖਿਲਰੇ ਪਏ ਸਾਰੇ ਮੇਰੇ, ਬੈੱਡ 'ਤੇ ਵੀ ਆਪਣਾ ਫੋਲਾ ਫਰਾਈ ਹੋ ਚੁੱਕੀ ਹੈ ਅਤੇ ਇੱਕ LED ਵੀ ਘਰੋਂ ਗਿਆ ਵੇ। ਬਸ ਇੰਨਾ ਕੁ ਸਮਾਨ ਹੈ ਜੀ, ਮੇਰਾ 1.25 ਲੱਖ ਦੇ ਵਿੱਚ ਹੈਗਾ ਜੀ। ਮੈਂ ਗਿਆ ਸੀ, ਉਹ ਕਹਿੰਦੇ ਪਹਿਲਾਂ ਤੁਸੀਂ ਆਪਣਾ ਸਮਾਨ ਚੈੱਕ ਕਰੋ, ਉਸ ਤੋਂ ਬਾਅਦ ਸਾਨੂੰ ਦੱਸੋ ਆਪਣੇ ਕੋਲ। ਸਾਨੂੰ ਪ੍ਰਸ਼ਾਸਨ ਤੋਂ ਕਾਰਵਾਈ ਹੋਣੀ ਚਾਹੀਦੀ ਜੀ, ਕਿਵੇਂ ਹੋਇਆ ਇਸ ਕਾਰਨ। ਉੱਥੇ ਇਸ ਸੰਬੰਧੀ ਜਦ ਥਾਣਾ ਕਾਦੀਆਂ ਦੇ ASI ਗੰਸ਼ਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਗੁਰਦੀਪ ਸਿੰਘ ਦੀ ਰਿਪੋਰਟ ਦਰਜ ਕਰ ਲਈ ਗਈ ਹੈ, ਮੌਕਾ ਜਾ ਕੇ ਦੇਖਾਂਗੇ, ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਗੁਰਦੀਪ ਸਿੰਘ ਵਾਸੀ ਪ੍ਰਤਾਪ ਨਗਰ ਮੁਹੱਲਾ ਕਾਦੀਆਂ, ਇਹਦੀ ਇੱਕ ਦਰਖਾਸਤ ਆਈ ਹੈ ਗ੍ਰੈਵਿਟੀ ਵੇ ਕੰਪਨੀ ਹਰਿਆਣੇ ਦੀ ਕੋਈ, ਉੱਥੇ ਕੋਲਡ ਸਟੋਰ 'ਚ ਕੰਮ ਕਰਦਾ, 15 ਦਿਨ ਬਾਅਦ ਘਰ ਆਉਂਦਾ। ਜਦੋਂ ਇਹਨੇ ਕੱਲ੍ਹ ਮਿਤੀ 2-7 ਨੂੰ ਆ ਕੇ ਜਦੋਂ ਘਰ ਵੇਖਿਆ ਨਾ, ਅਤੇ ਘਰ ਜਿਹਦਾ ਸਮਾਨ, ਘਰ ਦਾ ਸਮਾਨ ਖਿਲਿਆ, ਤਾਲੇ ਟੁੱਟੇ ਸੀ ਅਤੇ ਘਰ 'ਚੋਂ ਕੁਛ ਸਮਾਨ ਚੋਰੀ ਹੋਣਾ ਪਾਇਆ ਗਿਆ ਹੈ ਨਾ। ਅਤੇ ਇਹ ਅਸੀਂ ਜਿੱਦਾਂ ਆਪਣੇ ਤਜਿੰਦਰ ਸਿੰਘ ਦੀ ਡਿਊਟੀ ਲਗਾਈ ਆ, ਇਹ ਮੌਕੇ 'ਤੇ ਜਾ ਕੇ ਦੇਖੋ, ਠੀਕ ਆ। ਜੋ ਜੇ CCTV ਕੈਮਰੇ ਲੱਗੇ ਆ ਉਹਨਾਂ ਵਿੱਚੋਂ ਉਹਦੀ ਫੋਟੋ ਜੇ ਮਿਲ ਸਕੇ ਅਤੇ ਤਫਤੀਸ਼ ਜਿਹੜੀ ਆਉਂਦੀ ਸੀ।